ਸਤਿ ਸ਼੍ਰੀ ਅਕਾਲ ਜੀ, ਮੈਂ ਹਮਰਿੰਦਰ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਟਰੱਕਾਂ ਵਾਲੇ ਦੀ ਵੀਡੀਓ ਦੀ। ਉਹਨਾਂ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਸੋ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਸਾਰਿਆਂ ਨੇ ਲਾਈਕ ਕੀਤਾ, ਸ਼ੇਅਰ ਕੀਤਾ ਅਤੇ ਕਮੈਂਟ ਕੀਤਾ। ਵੀ ਆਰ ਵੈਰੀ ਐਕਸਾਈਟਡ ਅਤੇ ਵੀਡੀਓ ਰਿਲੀਜ਼ ਹੋਣ ਜਾ ਰਹੀ ਹੈ 9th June ਨੂੰ। ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ। ਵੱਡੇ ਘਰ, ਮਹਿੰਗੀਆਂ ਗੱਡੀਆਂ ਅਤੇ ਪੂਰੇ ਕੈਨੇਡਾ 'ਚ ਬੱਲੇ ਬੱਲੇ ਕਿਸੇ ਕੀਮਤ 'ਤੇ ਆਉਂਦੀ ਹੈ। ਇਹ ਦੂਜੀ ਵਾਰ ਮੈਂ ਕੰਮ ਕਰ ਰਹੀ ਹਾਂ ਲੈਸੇਸ਼ਨ ਫਿਲਮਸ ਅਤੇ ਜੌਨੀ ਹੰਸ ਦੇ ਨਾਲ, ਅਤੇ ਓਬਵੀਅਸਲੀ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ। ਇਹ ਥੋੜ੍ਹਾ ਡਿਫਰੈਂਟ ਐਕਸਪੀਰੀਅੰਸ ਸੀਗਾ। ਪਹਿਲੀ ਵੀਡੀਓ ਜਿਹੜੀ ਮੈਂ ਕੀਤੀ ਸੀ ਉਹਦੇ ਵਿੱਚ ਕਾਫੀ ਵੈਸਟਰਨ ਲੁੱਕ ਸੀ, ਇੱਕ ਯੂ ਨੋ ਇੰਟਰਨੈਸ਼ਨਲ ਸਟੂਡੈਂਟ ਦਾ, ਅਤੇ ਇਸ ਵਿੱਚ ਮੈਂ ਬਹੁਤ ਹੀ ਡਿਫਰੈਂਟ ਕੈਰੈਕਟਰ ਪਲੇ ਕਰ ਰਹੀ ਹਾਂ, ਇੱਕ ਵਾਈਫ ਦਾ ਜਿਨ੍ਹਾਂ ਦਾ ਹਸਬੈਂਡ ਐਕਚੁਲੀ ਟਰੱਕ ਚਲਾਉਂਦੇ ਨੇ। ਮੈਂ ਤਾਂ ਕਿਸੇ ਨੂੰ ਪਰਸਨਲੀ ਜਾਣਦੀ ਨਹੀਂ ਸੀ, ਇਸ ਲਈ ਮੈਂ ਕਾਫੀ ਯੂ ਨੋ ਡਿਫਰੈਂਟ ਫੈਮਿਲੀਜ਼ ਨੂੰ ਮਿਲੀ ਹਾਂ, ਅਤੇ ਉਹਨਾਂ ਦੀ ਵਾਈਫਸ ਨੂੰ ਮੈਂ ਕੁਐਸਚਨਸ ਕੀਤੇ ਕਿ ਤੁਸੀਂ ਕਿੱਦਾਂ ਦਾ ਫੀਲ ਕਰਦੇ ਹੋ ਅਤੇ ਕਿੱਦਾਂ ਦੀ ਉਹਨਾਂ ਤੁਹਾਡੀ ਰੂਟੀਨ ਕਿੱਦਾਂ ਦੀ ਹੁੰਦੀ ਆ, ਅਤੇ ਉਹਨਾਂ ਨੂੰ ਇੱਦਾਂ ਕੁਐਸਚਨਸ ਕਰਕੇ ਮੈਨੂੰ ਕਾਫੀ ਮਦਦ ਮਿਲੀ ਇਹ ਕੈਰੈਕਟਰ ਪਲੇ ਕਰਨ ਦੇ ਲਈ। ਅਤੇ ਇਸ ਪ੍ਰੋਜੈਕਟ ਨੂੰ ਮੈਨੂੰ ਸੁਣਾਇਆ ਸੀ ਜੌਨੀ ਹੰਸ ਅਤੇ ਆਸ਼ੀਸ਼ ਸਿੰਘ ਨੇ, ਅਤੇ ਕਿਉਂਕਿ ਮੈਂ ਓਬਵੀਅਸਲੀ ਇਹਨਾਂ ਨਾਲ ਪਹਿਲਾਂ ਕੰਮ ਕਰ ਚੁੱਕੀ ਸੀਗੀ, ਅਤੇ ਸੈਕਿੰਡ ਵੀਡੀਓ ਲਈ ਇਹਨਾਂ ਨੇ ਮੈਨੂੰ ਸਟੋਰੀ ਸੁਣਾਈ, ਅਤੇ ਮੈਨੂੰ ਇਹ ਕਾਫੀ ਇੰਟਰਸਟਿੰਗ ਲੱਗੀ ਕਿ ਕਿੱਦਾਂ ਫੈਮਿਲੀਜ ਦੇ ਉੱਤੇ ਬੀਤਦੀ ਆ ਜਦੋਂ ਦੂਰ ਰਹਿੰਦੇ ਨੇ ਆਪਣੇ, ਜਿੱਦਾਂ ਬੱਚੇ ਨੇ ਆਪਣੇ ਫਾਦਰਸ ਤੋਂ ਇੰਨਾ ਦੂਰ ਰਹਿੰਦੇ ਨੇ, ਅਤੇ ਬਾਅਦ 'ਚ ਉਹਨਾਂ ਨੂੰ ਮਿਲ ਕਿੰਨਾ ਹਾਰਡ ਵਰਕ ਉਹ ਕਰਦੇ ਨੇ, ਅਤੇ ਮੈਨੂੰ ਬਹੁਤ ਚੰਗੀ ਚੀਜ਼ ਲੱਗੀ ਇਸ ਲਈ। ਸੋ ਓਬਵੀਅਸਲੀ ਮੈਂ ਯੈਸ ਕਿਹਾ ਇਸ ਪ੍ਰੋਜੈਕਟ ਨੂੰ ਕਰਨ ਲਈ, ਅਤੇ ਜਿਹੜੇ ਮੇਕਿੰਗ ਵਿੱਚ ਅਸੀਂ ਸਾਰਿਆਂ ਨੂੰ ਮਿਲੇ, ਅਤੇ ਇੱਦਾਂ ਪੂਰਾ ਰੀਅਲ ਲੱਗ ਰਿਹਾ ਸੀਗਾ, ਲੱਗਦਾ ਸੀ ਅਸੀਂ ਵੀਡੀਓਸ ਕਰ ਰਹੇ ਹਾਂ, ਕਿਉਂਕਿ ਇੱਦਾਂ ਦੇਖ ਕੇ ਛੋਟਾ ਜਿਹਾ ਬੱਚਾ ਵੀ ਸੀਗਾ ਜਿਹੜਾ ਵੀਡੀਓ ਵਿੱਚ ਤੁਸੀਂ ਦੇਖੋਗੇ, ਇਟ ਵਾਸ ਸੋ ਕਿਊਟ ਐਂਡ ਪੂਰਾ ਲਾਈਕ ਸਾਰੇ ਪ੍ਰੋਫੈਸ਼ਨਲ ਸੀਗੇ, ਪੰਜਾਬੀ ਬਲੌਗਰ ਆਲਸੋ ਉਹ ਟੋਰਾਂਟੋ ਤੋਂ ਆਏ ਨੇ, ਅਤੇ ਇੱਦਾਂ ਲੱਗ ਰਿਹਾ ਸੀ ਜਿੱਦਾਂ ਸੱਚੀ ਇੱਕ ਫੈਮਿਲੀ ਹੁੰਦੀ ਆ, ਅਤੇ ਅਸੀਂ ਪੂਰਾ ਇਮੋਸ਼ਨਲ ਯੂ ਨੋ ਫੀਲ ਰਹਿ ਰਹੇ ਸੀ, ਸੋ ਇਟ ਵਾਸ ਵੈਰੀ ਨਾਈਸ। ਹਾਂਜੀ, ਬਹੁਤ ਹੀ ਚੰਗਾ ਲੱਗਾ। ਪਹਿਲਾਂ ਮੈਂ ਜੌਨੀ ਹੰਸ ਨਾਲ ਕੰਮ ਕੀਤਾ ਸੀਗਾ, ਅਤੇ ਹੁਣ ਮੇਰੀ ਇਹ ਸੈਕਿੰਡ ਵੀਡੀਓ ਆ ਜਿਹਨਾਂ ਨਾਲ ਮੈਂ ਹੁਣ ਪੰਜਾਬੀ ਵਲੌਗਰ ਨਾਲ ਕੰਮ ਕੀਤਾ। ਵੈਸੇ ਉਹਨਾਂ ਦਾ ਨਾਮ ਵੀ ਮਨਿੰਦਰ ਆ ਅਤੇ ਮੇਰਾ ਨਾਮ ਵੀ ਮਨਿੰਦਰ ਆ, ਸੋ ਇਟਸ ਕੋਇਨਸੀਡੈਂਸ, ਅਤੇ ਓਬਵੀਅਸਲੀ ਬਹੁਤ ਹੀ ਚੰਗਾ ਐਕਸਪੀਰੀਅੰਸ ਸੀਗਾ। ਤਲੀ ਉੱਤੇ ਜਾਣ ਸਾਡੀ ਵੱਖਰੀ ਪਛਾਣ ਸਾਡੀ, ਸਾਨੂੰ ਜੀ ਕੈਨੇਡਾ 'ਚ ਟਰੱਕਾਂ ਵਾਲੇ ਕਹਿੰਦੇ ਨੇ। ਜਾਂਦੇ ਜਾਂਦੇ ਤੁਹਾਨੂੰ ਬਸ ਇੱਕ ਹੀ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਇਸ ਵੀਡੀਓ ਨੂੰ ਪਲੀਜ਼ ਜ਼ਰੂਰ ਦੇਖਿਓ। ਬਹੁਤ ਹੀ ਮਿਹਨਤ ਨਾਲ ਅਸੀਂ ਅਤੇ ਪਿਆਰ ਨਾਲ ਕੰਮ ਕੀਤਾ ਇਸ ਵੀਡੀਓ ਵਿੱਚ, ਅਤੇ ਪਲੀਜ਼ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਅਤੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ, ਅਤੇ ਅਗਲੀ ਵਾਰ ਅਸੀਂ ਨਵੇਂ ਪ੍ਰੋਜੈਕਟ ਲੈ ਕੇ ਆਉਂਗੇ। ਸੋ ਇਸੇ ਨਾਲ ਥੈਂਕ ਯੂ ਸੋ ਮੱਚ, ਸਤਿ ਸ਼੍ਰੀ ਅਕਾਲ।